ਅਕਾਲੀ ਦਲ ਨੂੰ ਪਤਾ ਪੰਜਾਬੀਆਂ ਦੀ ਕੀ ਸਮੱਸਿਆ। ਜਦੋਂ ਜਦੋਂ ਪੰਜਾਬ ਵਿੱਚ ਨੈਸ਼ਨਲ ਪਾਰਟੀਆਂ ਦਿੱਲੀ ਵਾਲੀ ਪਾਰਟੀਆਂ ਦੀ ਸਰਕਾਰਾਂ ਬਣੀਆਂ ਉਦੋਂ ਉਦੋਂ ਕੰਮ ਰੁਕ ਗਏ ਤੇ ਪੰਜਾਬ ਪਿੱਛੇ ਚਲੇ ਗਿਆ। ਤੁਸੀਂ ਜਾਣਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ, ਭਾਈਚਾਰਕ ਸਾਂਝ ਸਾਡੇ ਵਾਸਤੇ ਸਭ ਤੋਂ ਜ਼ਰੂਰੀ ਹੈ। ਤਾਂ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੋਚ ਸੀ ਕਿ ਪੰਜਾਬ ਤਰੱਕੀ ਤਾਂ ਕਰੂਗਾ ਜਦ ਹਿੰਦੂ ਸਿੱਖ ਮੁਸਲਿਮ ਈਸਾਈ ਭਰਾਵਾਂ ਵਾਂਗੂ ਰਹਿਣ। ਤੁਸੀਂ ਦੇਖਿਆ ਹੋਣਾ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਭਾਈਚਾਰਕ ਸਾਂਝ ਕਿਵੇਂ ਬਣੀ, ਕਿਵੇਂ ਪੰਜਾਬ ਇਕੱਠਾ ਰਿਹਾ, ਕਿਵੇਂ ਪੰਜਾਬ ਤਰੱਕੀ ਗਈ। ਅੱਜ ਜਿਹੜੀ ਹਾਲਾਤ ਝਾੜੂ ਵਾਲੇ ਨੇ ਬਣਾਤੀ ਹੈ, ਅੱਜ ਗੁੰਡਾਗਰਦੀ ਦਾ ਰਾਜ ਹੈ, ਗੈਂਗਸਟਰ ਰਾਜ ਕਰੇ ਜਾਂਦੇ ਹੈ, ਘਰ ਘਰ ਨਸ਼ਾ ਚਲੇ ਗਿਆ। ਮੈਂ SSP ਨੂੰ ਪੁੱਛਿਆ ਕਿ ਘਰ ਇੰਨਾ ਨਸ਼ਾ ਕਿਵੇਂ ਚਲਾ ਗਿਆ। ਕਹਿਣ ਲੱਗੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ MLA ਹੈ ਆਹ ਮਹੀਨਾ ਲੈਣ ਲੱਗ ਗਏ ਉਹਨਾਂ ਲੋਕਾਂ ਤੋਂ ਜਿਹੜੇ ਨਸ਼ੇ ਵੇਚਦੇ ਹੈ। ਸੋ ਜਿਹੜੇ MLA ਮਹੀਨਾ ਲੈਣ ਲੱਗੇ ਤੇ ਨਸ਼ਾ ਕਿਵੇਂ ਰੁਕੂਗਾ। ਅੱਜ ਕੋਈ ਚੀਜ਼ ਹੈ ਪੰਜਾਬ ਸਰਕਾਰ ਨਾਂ ਦੀ ਚੀਜ਼? ਰੋਜ਼ ਲੋਕੀ ਕਿਤੇ ਕਤਲ ਹੋ ਰਿਹਾ, ਕਿਤੇ ਚੋਰੀਆਂ ਹੋ ਰਹੀਆਂ, ਡਕੈਤੀਆਂ ਹੋ ਰਹੀਆਂ, ਕਿਸੇ ਦੀ ਜ਼ਿੰਦਗੀ ਸੇਫ ਨਹੀਂ, ਗੈਂਗਸਟਰ ਫਰੋਤੀਆਂ ਲੈ ਰਹੇ ਹੈ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ, ਤੁਸੀਂ ਸਾਰੇ ਮਾਨਸਾ ਦੇ ਰਹਿਣ ਵਾਲੇ ਹੋ, ਤੁਸੀਂ ਜਾਣਦੇ ਹੋ ਆ ਸ਼ਹਿਰ ਕੀ ਸੀ, ਇਲਾਕਾ ਕੀ ਸੀ ਜਦੋਂ ਅਕਾਲੀ ਦਲ ਦੀ ਸਰਕਾਰ ਨਹੀਂ ਸੀ। ਜੇ ਆਪਾਂ ਬਚਾਉਣਾ ਆਪਣਾ ਇਲਾਕਾ, ਜੇ ਆਪਣੇ ਪੰਜਾਬ ਨੂੰ ਬਚਾਉਣਾ ਤਾਂ ਆਪਣੇ ਖੇਤਰੀ ਪਾਰਟੀ ਅਕਾਲੀ ਦਲ ਨੂੰ ਤਗੜਾ ਕਰ ਦਿਓ। ਜੇ ਆਪਣੀ ਅਕਾਲੀ ਦਲ ਤਗੜਾ, ਪੰਜਾਬ ਤਗੜਾ, ਖਾਲਸਾ ਪੰਥ ਤਗੜਾ ਤੇ ਭਾਈਚਾਰਕ ਸਾਂਝ ਤਗੜੀ ਹੈ, ਆ ਦਿੱਲੀ ਵਾਲਾ ਭਾਵੇਂ ਭਾਰਤੀ ਜਨਤਾ ਪਾਰਟੀ ਹੈ, ਭਾਵੇਂ ਕਾਂਗਰਸ ਹੈ, ਭਾਵੇਂ ਝਾੜੂ ਵਾਲੇ ਹੈ, ਇਕੱਲਾ ਇੱਥੇ ਲੁੱਟਣ ਆਉਂਦੇ ਹੈ, ਇੱਥੇ ਪੰਜਾਬ ਦੇ ਲੋਕਾਂ ਨੂੰ ਦੁੱਖ ਦੇਣ ਵਾਸਤੇ ਆਉਂਦੇ ਹੈ। ਇਹਨਾਂ ਦੇ ਦਿਲਾਂ 'ਚ ਕੋਈ ਦਰਦ ਨਹੀਂ। ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਜੇ ਤੁਸੀਂ ਐਤੀ ਫਿਰ ਤੋਂ ਉਹਨਾਂ ਦੀਆਂ ਗੱਲਾਂ 'ਚ ਆ ਗਏ ਜਿਵੇਂ ਝਾੜੂ ਵਾਲਿਆਂ ਦੀ ਗੱਲਾਂ 'ਚ ਆ ਗਏ, ਅੱਜ ਪੰਜਾਬ ਰੋਲ ਦਿੱਤਾ। ਆਪਾਂ ਹੁਣ ਮੌਕਾ ਪੰਜਾਬ ਨੂੰ ਵਾਪਸ ਬਚਾਉਣ ਦਾ, ਤੇ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਖਾਲਸਾ ਪੰਥ ਨੂੰ ਬੇਨਤੀ ਕਰਦਾ, ਇਕੱਠੇ ਹੋ ਜਾਓ, ਇੱਕ ਝੰਡੇ ਥੱਲੇ ਇਕੱਠੇ ਹੋ ਕੇ ਚੋਣ ਨਿਸ਼ਾਨ ਤੱਕੜੀ ਹੈ, ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਉਹਨਾਂ ਨੂੰ ਵੜਨਾ ਦਿਓ ਪੰਜਾਬ 'ਚ, ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰਕੇ ਆਪਾਂ ਪੰਜਾਬ ਬਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਮੂਹ ਮਾਨਸਾ ਨਿਵਾਸੀਆਂ ਦਾ, ਤੁਹਾਨੂੰ ਵਿਸ਼ਵਾਸ ਦਿਲਾਉਂਦੇ ਹਾਂ ਇਸ ਪੰਜਾਬ ਤੇ ਦਿੱਲੀ ਦੀ ਲੜਾਈ ਵਿੱਚ ਪੰਜਾਬ ਦੀ ਜਿੱਤ ਹੋਊਗੀ, ਪੰਜਾਬ ਦਾ ਹੱਕ ਪੰਜਾਬ ਦੇ ਲੋਕਾਂ ਵਾਸਤੇ ਲੈ ਕੇ ਆਵਾਂਗੇ। ਇਹ ਮੇਰਾ ਤੁਹਾਡੇ ਮਾਨਸਾ ਵਾਲਿਆਂ ਨਾਲ ਵਾਅਦਾ ਹੈ। ਜਿਵੇਂ ਬਠਿੰਡਾ ਦੀ ਨੁਹਾਰ ਬਦਲੀ ਹੈ, ਅਗਲਾ ਨੰਬਰ ਮਾਨਸਾ ਦਾ ਹੈਗਾ। ਇੱਥੇ ਇੰਡਸਟਰੀ ਆਊਗੀ, ਇੱਥੇ ਵੱਡੇ ਵੱਡੇ ਪ੍ਰੋਜੈਕਟ ਆਉਣਗੇ। ਆਲ ਐਂਡ ਤੋਂ ਤਕੜੀ ਵਾਲੀ ਸਰਕਾਰ, ਤੁਹਾਨੂੰ ਪਹਿਚਾਨਾ ਨਹੀਂ ਜਾਊਗਾ ਕਿ ਇਹ ਮਾਨਸਾ ਹੈਗਾ, ਕਿ ਇਹ ਲੁਧਿਆਣਾ ਬਣਿਆ ਹੋਇਆ, ਅੰਮ੍ਰਿਤਸਰ ਬਣਿਆ ਹੋਇਆ। ਤੁਹਾਡੇ ਨਾਲ ਵਾਅਦਾ ਕਰਕੇ ਆਪ ਜਾਂਦੇ ਹਾਂ। ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਕਰਕੇ ਦਿਖਾਇਆ, ਬਲਕਿ ਜਿੰਨਾ ਕਿਹਾ ਉਸ ਤੋਂ ਵੱਧ ਕਰਕੇ ਦਿਖਾਇਆ। ਆ ਤੁਹਾਡਾ ਵਾਅਦਾ ਹੈ ਤਕੜੀ ਦਾ ਵਾਅਦਾ, ਭਰੋਸੇ ਵਾਲੀ ਤਕੜੀ ਦਾ ਭਰੋਸਾ ਕਰੋ। ਇਹ ਪੰਜਾਬ ਦੀ ਲੜਾਈ ਵਾਸਤੇ ਪੂਰੀ ਜੀ
ਜਾਮ ਲਗਾ ਦੋ ਤਾਂ ਕਿ ਦਿੱਲੀ ਤੋਂ ਆਪਣਾ ਹੱਕ ਲਗਵਾ ਕੇ ਲੈ ਕੇ ਆਈਏ ਤੇ ਸਾਡੇ ਉੱਤੇ ਕੋਈ ਡਾਕਾ ਮਾਰਨ ਵਾਸਤੇ ਇੱਥੇ ਨਹੀਂ ਆਊਗਾ। ਪੰਜਾਬ ਦਾ ਹੱਕ ਪੰਜਾਬ ਤੋਂ ਚੱਲੂਗਾ, ਪੰਜਾਬ ਵਾਸਤੇ ਹੋਊਗਾ। ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਵਾਸਤੇ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ। ਇੱਕ ਇੱਕ ਤੁਹਾਡਾ ਇੱਥੇ ਆਇਆ ਕਦਮ ਸਭ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ।